ਉੱਘੇ ਕਾਨੂੰਨੀ ਮਾਹਰ KTS ਤੁਲਸੀ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਤੁਲਸੀ ਵੱਲੋਂ ਅਗਲੇ ਹਫ਼ਤੇ ਸਹੁੰ ਚੁੱਕਣ ਦੀ ਸੰਭਾਵਨਾ ਹੈ। ਸਰਕਾਰੀ ਸੂਤਰਾਂ ਮੁਤਾਬਕ KTS ਤੁਲਸੀ ਦੇ ਨਾਂ ਨੂੰ ਪਿਛੇ ਜਿਹੇ ਪ੍ਰਵਾਨਗੀ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਸਮਾਜ ਦੇ ਵੱਖ ਵੱਖ ਵਰਗਾਂ ਵਿੱਚੋਂ 12 ਨਾਮਵਰ ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਜਾਂਦਾ ਹੈ ਅਤੇ ਹੁਣ ਸਿਰਫ ਇੱਕ ਹੀ ਸੀਟ ਖਾਲੀ ਸੀ ਜੋ KTS ਤੁਲਸੀ ਦੇ ਨਾਂ ਦੇ ਮੋਹਰ ਲੱਗਣ ਨਾਲ ਭਰ ਗਈ ਹੈ। UPA ਸਰਕਾਰ ਨੇ ਪਿੱਛੇ ਜਿਹੇ ਭਾਰਤ ਰਤਨ ਸਚਿਨ ਤੇਂਦੁਲਕਰ ਅਤੇ ਫਿਲਮ ਅਦਾਕਾਰਾ ਰੇਖਾ ਨੂੰ ਉੱਪਰਲੇ ਸਦਨ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਤੁਲਸੀ ਦਾ ਕਹਿਣਾ ਹੈ ਕਿ ਨਿਆਂ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਕੇਸਾਂ ਦੇ ਛੇਤੀ ਨਿਪਟਾਰੇ ਲਈ ਕੁਝ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਹੋਵੇਗਾ। ਉਹਨਾਂ ਕਿਹਾ ਹੈ ਕਿ ਅਪਰਾਧਿਕ ਮਾਮਲਿਆਂ ਦੇ ਫੈਸਲਿਆਂ ਵਿੱਚ ਤੇਜ਼ੀ ਲਿਆਉਣ ਨਾਲ ਜ਼ਿਆਦਾਤਰ ਮੁਸ਼ਕਲਾਂ ਆਪਣੇ ਆਪ ਸੁਲਝ ਜਾਣਗੀਆਂ। ਦੱਸ ਦਈਏ ਕਿ ਹੁਸ਼ਿਆਰਪੁਰ ਵਿੱਚ 1947 ਨੂੰ ਜਨਮੇ ਤੁਲਸੀ ਨੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਓਨਰਸ ਦੀ ਡਿਗਰੀ ਕੀਤੀ ਅਤੇ 1971 ਵਿੱਚ ਉਹਨਾਂ ਕਾਨੂੰਨ ਦੀ ਪੜ੍ਹਾਈ ਮੁਕੰਮਲ ਕੀਤੀ। 1990 ਵਿੱਚ ਉਹਨਾਂ ਦੀ ਵਧੀਕ ਸਲਾਈਸਟਰ ਜਨਰਲ ਵਜੋਂ ਨਿਯੁਕਤੀ ਹੋਈ ਅਤੇ ਉਹਨਾਂ ਟਾਡਾ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ, ਮੁੰਬਈ ਧਮਾਕਾ ਕੇਸ ਸਮੇਤ ਕਈ ਹੋਰ ਸੰਬੰਧਿਤ ਕੇਸਾਂ ਵਿੱਚ ਪੈਰਵਾਈ ਕੀਤੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।